اللہ الرحمن الرحیم سجنوں تے مترو السلام علیکم جی لو جی اج بھی اسی فیصل آباد موجود ہاں سمندری روڈ تے جناب مین تے فی الحال اسی اپنی گڈی دھوان آئے ہیں جناب تے اج پھر کسی پارک وال جاواں گے کیونکہ فیصل آباد بڑا شہر ہے جی تے ایتھے ظاہر ہے بہت سارے پارک ہے جی کافی اجے رہندے ہیں جی دیکھنے والے ان شاء اللہ تھوڑا بھی دکھا جا گے جی تو ہر تھوڑے نال شیئر کریں گے جی تو امید کرتے ہیں سارے بھن برا خیر خرید نہ ہی ہونگے تو ابھی بھی ماشاء اللہ خیر خریدنا جی ان شاء اللہ پنجاب کی ثقافت تمہیں دکھا جا جا جی سمندری روڈ اور اتنے رینٹ دیا کار بھی کھڑی ہیں جی نال इधर जी नहर है गड्डी आवाज हो रही है जनाब उसे तैयारी कर लिया था जी तो जरा जी आवाज खराब हो सकते रेड़ा जी जा रहे जी لو جی جناب کمپنی باغ فیصل آباد پہنچ گئے ہیں جناب ہاں جی عائشہ کدھر آ گئی ہو فیصل آباد میں علی دوبارہ آؤ ادھر ہم آئے پارک تو ادھر ہمیں انجوائے بھی کرنی ہے اور ہم نے یہاں پہ وہ بھی سیر بھی کر لینی ہے جھولے بھی لینے ہیں جھولے بھی ہم نے لے لینے ہیں چلو ٹھیک ہے سر سبزہ جناب بہت ہے تو بہترین صاحب ہے جی لوکیشن پارک بھی بہت اچھی ہے جی کمپنی باغ اے پتہ نہیں خجورا ہوں یہ کی شہ لگی ہے جی کافی رش ہے جی ٹائم نہ ہی رش ہوا کیونکہ یہ ٹائم جی تقریباً 10 بجے رات ہے جی بند کر دیں جی بہت اچھا سماں جی بھائی کی نام ہے جی تا ہمارا نام اللہ رکھا اللہ رکھا اللہ رکھا اللہ رکھا جی یہ کدوں کا تمہیں شوق ہے کدوں کے بجا رہے ہو سر مجھے 10 سال ہو گئے بجا رہے ہو تقریباً ہر گانے پہ بجا لیں ہو کوئی اور گانے پہ بجاؤ ہوں
ਵਗੈਰਾ ਦੇਖ ਸਕਦੇ ਆ ਤੁਸੀਂ। ਮਾਸ਼ਾਅੱਲਾ ਜੀ ਬੜੀ ਅੱਛੀ ਲੋਕੇਸ਼ਨ ਆ, ਜਿੱਦਾਂ ਫੈਸਲਾਬਾਦ ਲਵ ਫੈਸਲਾਬਾਦ ਲਿਖਿਆ ਸੇਮ ਇਸੇ ਤਰ੍ਹਾਂ ਹੀ ਜੀ ਲਾਹੌਰ ਦੇ ਵਿੱਚ ਵੀ ਮਿਨਾਰੇ ਪਾਕਿਸਤਾਨ ਦੇ ਇਸ ਤਰ੍ਹਾਂ ਲਿਖਿਆ ਹੈ ਜੀ। ਬੱਚਿਆਂ ਨੇ ਫੁੱਟਬਾਲ ਲੈ ਲਿਆ ਜੀ, ਇੱਕ ਤਾਂ ਬੜਾ ਇੰਜੋਏ ਕਰ ਰਿਹਾ ਜਨਾਬ, ਫਿਰ ਰਹੇ ਤੇ ਇਹ ਵੀ ਦਿਖਾਉਂਦੇ ਜੀ। ਇਹ ਜਹਾਜ਼ ਦੇ ਕੋਲ ਪਹੁੰਚ ਗਿਆ ਜਨਾਬ, ਠੀਕ ਹੋ ਗਿਆ ਜੀ ਜਨਾਬ। ਅਸੀਂ ਮੌਜੂਦ ਆ ਜੀ ਇਸ ਟਾਈਮ ਕੰਪਨੀ ਬਾਗ ਫੈਸਲਾਬਾਦ ਜੀ, ਤੇ ਬੱਚੇ ਵੀ ਖੂਬ ਇੰਜੋਏ ਕਰ ਰਹੇ ਆ ਜੀ। ਆਲੀ ਸਾਹਿਬ ਨੇ ਸਾਨੂੰ ਪਹਿਲੇ ਇੱਥੇ 150 ਦਾ ਟੀਕਾ ਲਵਾ ਤਾ ਜੀ, ਆ ਫੁੱਟਬਾਲ ਜਿਹਾ ਲਿਆ ਜੀ, ਜਾ ਰਿਹਾ ਜੀ। ਫਿਰ ਬੱਚਿਆਂ ਨੇ ਇੰਜੋਏ ਤਾਂ ਕਰਨੀ ਹੁੰਦੀ ਹੈ ਜੀ। ਇੱਕ ਅਸੀਂ ਹੁਣ ਦੁਬਾਰਾ ਜਿਹੜਾ ਜੀ ਵਿੱਚ ਖੁਦ ਵੀ ਆ ਰਹੇ ਹਾਂ ਜੀ। ਇੱਕ ਤਾਂ ਸਾਨੂੰ ਯੂਟਿਊਬ ਦਾ ਨਹੀਂ ਸਮਝ ਆਉਂਦੀ ਕਿ ਕਾਪੀਰਾਈਟ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਵਾ, ਅਤੇ ਇਹਨਾਂ ਨੂੰ ਕਹਿੰਦੇ ਹਾਂ ਜਨਾਬ ਮਿਹਰਬਾਨੀ ਕਰਿਓ, ਜਿਹੜਾ ਬਾਂਸਰੀ ਵਜਾ ਰਿਹਾ ਸੀ ਉਹ ਸਾਡੀ ਆਪਣੀ ਵੀਡੀਓ ਜਨਾਬ, ਅਤੇ ਕੋਈ ਕਾਪੀਰਾਈਟ ਦਾ ਇਸ਼ੂ ਨਹੀਂ ਇਹਦੇ ਵਿੱਚ, ਅਤੇ ਇਨਸ਼ਾਅੱਲਾ ਬਹੁਤ ਪਿਆਰੀ ਵਲੋਗਿੰਗ ਕਰਾਂਗੇ ਜੀ ਅਤੇ ਦਿਖਾਵਾਂਗੇ ਜੀ। ਹਾਂਜੀ
ਲਓ ਜੀ ਜਨਾਬ ਕਾਫੀ ਹੱਦ ਤੱਕ ਜਿਹੜਾ ਹੈ ਜੀ ਅਸੀਂ ਕੰਪਨੀ ਬਾਗ ਜਿਹੜਾ ਹੈ ਜੀ ਇਹਨੂੰ ਦਿਖਾਇਆ ਵਾ ਅਤੇ ਕਾਫੀ ਵੱਡਾ ਜੀ ਇਹ ਵੀ ਅਤੇ ਅਜੇ ਫੁੱਲ ਵੱਡਾ ਫੁੱਲ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਅੰਧੇਰਾ ਹੋ ਗਿਆ ਜੀ ਅਤੇ ਮਾਸ਼ਾਅੱਲਾ ਫਿਰ ਵੀ ਕਾਫੀ ਵੱਡਾ ਜੀ ਅਤੇ ਕੰਟੀਨ ਵੀ ਦਿਖਾਈ ਹੈ ਬਿਲਕੁਲ ਸਾਰਾ ਇਲਾਕਾ ਜਿਹੜਾ ਇਹਦਾ ਫਿਰਿਆ ਜੀ ਔਰ ਬਜ਼ੁਰਗਾਂ ਨੇ ਇੰਟਰਵਿਊ ਵੀ ਕੀਤੇ ਹੈ ਬੱਚਿਆਂ ਦੀ ਵੀਡੀਓ ਵੀ ਬਹੁਤ ਬਣਾਈ ਹੈ ਅਤੇ ਮਾਸ਼ਾਅੱਲਾ ਤੁਹਾਨੂੰ ਪਸੰਦ ਆਏਗੀ ਜੀ ਅਤੇ ਇਸੇ ਤਰ੍ਹਾਂ ਜਿਹੜਾ ਜੀ ਅਸੀਂ ਪੰਜਾਬ ਦੀ ਜਿਹੜੀ ਅੱਛੀ ਤੋਂ ਅੱਛੀ ਵਲੋਗਿੰਗ ਹੈ ਜੀ ਉਹ ਕਰਦੇ ਰਹਾਂਗੇ ਅਤੇ ਸਾਨੂੰ ਯਕੀਨ ਹੈ ਕਿ ਭੈਣ ਭਰਾ ਇਵੇਂ ਸਾਡਾ ਸਾਥ ਦਿੰਦੇ ਰਹਿਣਗੇ ਅਤੇ ਅੱਜ ਵੀ ਗਰਮੀ ਦੀ ਸ਼ਿੱਦਤ ਬਹੁਤ ਜ਼ਿਆਦਾ ਜੀ ਹੁਣ ਕੋਈ ਹਲਕੀ ਹਲਕੀ ਆਵਾਜ਼ ਚੱਲਣੀ ਸ਼ੁਰੂ ਹੋਈ ਹੈ ਜੀ ਅਤੇ ਦੇਖ ਸਕਦੇ ਹਾਂ ਤੁਸੀਂ ਜਿਹੜਾ ਜੀ ਕਿ ਅੰਧੇਰਾ ਜਿਹੜਾ ਬਹੁਤ ਜ਼ਿਆਦਾ ਛਾ ਗਿਆ ਵਾ ਅਤੇ ਇਸ ਕਰਕੇ ਹੁਣ ਉੱਥੇ ਹੀ ਬਣਾ ਸਕਦੇ ਹਾਂ ਜਿੱਥੇ ਲਾਈਟ ਜ਼ਿਆਦਾ ਹੋਏਗੀ ਜੀ ਅਤੇ ਇਨਸ਼ਾਅੱਲਾ ਅੱਛੀ ਤੋਂ ਅੱਛੀ ਵਲੋਗਿੰਗ ਦਿਖਾਉਂਦੇ ਰਹਾਂਗੇ ਅਤੇ ਹੁਣ ਜਨਾਬ ਅਸੀਂ ਆਪਣੇ ਯੂਟਿਊਬ ਚੈਨਲ ਮੁਖੜਾ ਪੰਜਾਬ ਦੇ ਤੋਂ ਲਾਹੌਰ ਕੰਪਨੀ ਹੈ ਬਲਕਿ ਫੈਸਲਾਬਾਦ ਜੀ ਲਾਹੌਰ ਸਾਡੇ ਮੂੰਹ 'ਤੇ ਚੜਿਆ ਹੋਇਆ ਕਿਉਂਕਿ ਲਾਹੌਰ ਜ਼ਿਆਦਾ ਅਸੀਂ ਜਾਂਦੇ ਹਾਂ ਜੀ ਅਤੇ ਫੈਸਲਾਬਾਦ ਕੰਪਨੀ ਬਾਗ 'ਚ ਜਦ ਜਾਂਦੇ ਹਾਂ ਜੀ ਅੱਲਾ ਹਾਫਿਜ਼।